ਤੁਹਾਨੂੰ ਸਵਾਗਤ ਹੈ ਆਪਣੇ YouTube ਚੈਨਲ H K Reddy ਤੇ ਅੱਜ ਜਿਸੀ ਤੋਂ ਤੁਹਾਡੀ ਜਮਾਤ ਬਾਲਮੀ ਦਾ ਜੋ ਸਿਖਰ ਸਿੱਖਰ ਜੋ ਪੇਪਰ ਹੋਣਾ ਲੈ ਕੇ ਆ ਚੁੱਕੇ ਆ ਵੀ ਦਾ ਫੁੱਲ ਸੋਲਵਰ ਜੇਕਰ ਤੁਸੀਂ ਆਪਣੇ YouTube ਚੈਨਲ ਤੇ ਨਵੇਂ ਹੋ ਤਾਂ ਆਪਾਂ ਜੀ ਤੈਨੂੰ ਸਬਸਕ੍ਰਾਈਬ ਕਰ ਲਓ ਜਿਸ ਨਾਲ ਤੁਹਾਨੂੰ ਆਪਣੇ ਇਸ ਤੋਂ ਦੇ ਹੋਰ ਵੀ ਹੋਰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਤੇ ਚਲੋ ਆਪਾਂ ਪੇਪਰ ਪਰ ਵੱਧਦੇ ਆ ਇਹ ਪੇਪਰ ਦੀ PDF ਤੁਹਾਨੂੰ ਆਪਾਂ Telegram ਚੈਨਲ 'ਚ ਮਿਲ ਜੂਗੀ ਤੇ Telegram ਚੈਨਲ ਦਾ ਲਿੰਕ ਉਹ ਡਿਸਕ੍ਰਿਪਸ਼ਨ ਦੇ ਵਿੱਚ ਹੈਗਾ ਤੁਸੀਂ ਉੱਤੇ ਕਲਿੱਕ ਕਰਕੇ ਜਦੋਂ ਮਰਜੀ ਜੁਆਇਨ ਹੋ ਸਕਦੇ ਹੋ ਚਲੋ ਆਪਾਂ ਪੇਪਰ 'ਤੇ ਵੱਧਦੇ ਆਂ ਇੱਕ ਅੰਕ ਬਾਰੇ ਪ੍ਰਸ਼ਨ ਉੱਤਰ ਪਹਿਲੇ ਹੈਗਾ ਰਫਤਾਰ ਦੇ ਦੋ ਪ੍ਰਕਾਰ ਦੀ ਸੂਚੀ ਲਿਖੋ ਪ੍ਰਤੀਕਿਰਿਆ ਰਫਤਾਰ ਤੇਜ਼ ਰਫਤਾਰ ਦੀ ਯੁਕਤ ਜਗਤੀ ਯੋਗਤਾ ਦੂਸਰੇ ਗੈਸ ਸੈਸ ਨੂੰ ਕਿੰਨੇ ਭੱਗਾਂ ਵਿੱਚ ਵੰਡਿਆ ਜਾ ਸਕਦਾ ਹੈ ਇਹਦਾ ਅਸਰ ਦੋ ਪ੍ਰਕਾਰ ਹੈ ਤੇ ਤੀਸਰਾ ਤਾਕਤ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਇਹਦਾ ਅਸਰ ਤਾਕਤ ਦੇ ਦੋ ਪ੍ਰਕਾਰ ਦੀ ਹੁੰਦੀ ਹੈ ਗਤੀਸ਼ੀਲ ਤਾਕਤ ਤੇ ਸਥਿਰ ਤਾਕਤ ਅਗਿ ਚੌਥਾ ਠੰਡਾ ਕਰਨ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਇਹਦਾ ਅਸਰ ਲੀਵਰਿੰਗ ਡਾਊਨ ਨੂੰ ਅਗੇ ਪੰਜਵਾਂ ਸਰਕਟ ਟ੍ਰੇਨਿੰਗ ਵਿਧੀ ਕਿਸ ਨੇ ਤਿਆਰ ਕੀਤੀ ਸੀ ਇਹਦਾ ਸਰ ਆਤੀ ਮੁਰਗਨ ਹਤਿਤ ਜੀਤੀ ਐਡਰਸ ਐਡਰੈਸ਼ਨ ਨੇ ਕਿਸੇ ਮਾ ਕਿਸ ਸਾਰੇ ਵਿੱਚ ਸਰਕਟ ਟ੍ਰੇਨਿੰਗ ਵਿਧੀ ਨੂੰ ਵਿਕਸਿਤ ਕੀਤਾ ਗਿਆ ਸੀ ਇਹਦਾ ਸਰ ਸਾਲ 1953 ਵਿੱਚ ਸੱਤਵਾਂ ਕਾਲਜ ਅਧਿਪਕਾ ਦੀ ਯੋਗਤਾ ਹੋਣੀ ਚਾਹੀਦੀ ਹੈ ਇਹਦਾ ਸਰ ਐਮ ਪੀ ਐਡ यूपीएससी ਮਤਲਬ ਨੈੱਟ ਅਤੇ पीएचडी ਆ ਤਿੰਨ ਯੋਗਤ ਹੋਣੀ ਚਾਹੀਦੀ ਹੈ ਨਾ ਗੈਥਵਾ ਕਿਸ ਸਾਲ ਵਿੱਚ ਰਾਜੀਵ ਗਾਂਧੀ ਖੇਦ ਰਤਨ ਅਵਾਰਡ ਸ਼ੁਰੂ ਕੀਤਾ ਗਿਆ ਸੀ ਇਹਦਾ ਸਾਲ 1991 ਵਿੱਚ ਅਗਰੋਮਾ ਕੋਚਨ ਦਾ ਯੋਗਦਾਨ ਲਈ ਕਿਹੜਾ ਪੁਰਸਕਾਰ ਦਿੱਤਾ ਜਾਂਦਾ ਹੈ ਇਹਦਾ ਆਨਸਰ ਦਰੋਣਾਚਾਰਿਆ ਅਵਾਰਡ ਇੱਕ ਪ੍ਰਸ਼ਨ ਵੀ ਦੱਸ ਸਨ 1961 ਦੇ ਵਿੱਚ ਅਰਜੁਨ ਅਵਾਰਡ ਐਥਲੈਟਿਕਸ ਵਿੱਚ ਕਿਸ ਨੂੰ ਮਿਲਿਆ ਸੀ ਇਹਦਾ ਸਾਲ ਗੁਰਚਨ ਸਿੰਘ ਰੰਧਾਵਾ तीन नक बारे प्रश्न उत्तर पहले का शरीर योग्यता की होंगी है बूचर अनुसार शरीर तंदुरुस्ती एक जैविक विकास ताकत और माशपेमिता होंगी है शरीर तंदुरुस्ती तो भाव अभ्यास और कुशल कुशल कुशलतापूर्वक प्रदर्शन तो है दूसरे का दूसरा सहनशीलता तो समझ हो यनशीलता का मिश्रण होंगी है ਗਰੀਬੀ ਵਿਰੋਧੀ ਦੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ ਲੰਬੀ ਦੂਰੀ ਦੇ ਦੌੜਾਂ ਤੈराकी ਅਤੇ ਸਾਈਕਲਿੰਗਾਂ ਦੀ ਇਸ ਦੇ ਉਦਾਹਰਨ ਹਨ ਤੀਸਰਾ ਖੇਡ ਸਿਕਰੈਤੋ ਕੀਪਾ ਹੈ ਖੇਡ ਸਿਕਰੈ ਖੇਡ ਦੇ ਵਿੱਚ ਆਮ ਵਰਤੀ ਜਾਣ ਵਾਲੀ 12 ਸ਼ਬਦ ਹੈ ਪਰ ਵਿਸ਼ਾਲ ਤੌਰ ਤੇ ਇਹ ਇੱਕ ਸੰਗਠਿਤ ਅਤੇ ਵਿਵਸਥਿਤ ਤੇ ਅਥਰਪੂਰਨ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਜਿਸ ਦਾ ਉਦੇਸ਼ ਵਿਅਕਤੀਗਤ ਮਾਨਸਿਕ ਬੋਧਿਕ ਅਤੇ ਕਾਰਜ ਕੁਸ਼ਲਤਾ ਵਿੱਚ ਸੁਧਾਰ ਲਿਆਉਣਾ ਹੈ ਚੌਥਾ ਹੈ ਠੰਡਾ ਕਰਨ ਦਾ ਦੀ ਪਰਿਵਰਸ਼ਣ ਮੁਕਾਬਲੇ ਜਦ ਸਿੱਖ ਰਹੇ ਤੋ ਬਾਦ ਸ਼ੁਰੂ ਤੋਂ ਆਮ ਜਾਂ ਆਮ ਜਾਂ ਆਰਾਮ ਦੀ ਸਥਿਤੀ ਵਿੱਚ ਲਿਆਉਣ ਲਈ ਇਹ ਬਹੁਤ ਮਹੱਤਵਪੂਰਨ ਪ੍ਰਕਿਰਿਆ ਹੈ ਪਰ ਕਿਹਾ ਇਹ ਉਹ ਕਸਰਤਾਂ ਹਨ ਜੋ ਕਿ ਕਠਿਨ ਅਭਿਆਸ ਤੋਂ ਬਾਅਦ ਕੀਤੀ ਜਾਂਦੀ ਹਨ ਤਾਂ ਕਿ ਸਰੀਰ ਵਿੱਚ ਤਾਂ ਕਿ ਸਰੀਰ ਆਰਾਮ ਦੀ ਅਵਸਥਾ ਵਿੱਚ ਆ ਜਾਵੇ ਅਸੀਂ ਕਹਿ ਸਕਦੇ ਹਾਂ ਕਿ ਕੰਮ ਦੀ ਤੀਬਰਤਾ ਨੂੰ ਘਟਾਉਣਾ ਲਈ ਜੋ ਸਟੈਚਿੰਗ ਕਿਸਮਤ ਆਮ ਗਹਿਰੀ ਸਾਹ ਲਈ ਕੀਤੀ ਜਾਂਦੀ ਹਨ ਉਸ ਨੂੰ ਠੰਡਾ ਕਰਨਾ ਕਹਿੰਦੇ ਹਨ ਠੰਡਾ ਕਰਨ ਤੋਂ ਭਾਵ ਹੈ ਕਿ ਸਰੀਰ ਨੂੰ ਕਸਰਤਾਂ ਨਾਲ ਆਰਾਮ ਦੀ ਪੱਧਰ ਦੇ ਹਾਲਾਤ ਵਿੱਚ ਲੈ ਕੇ ਆਉਣਾ ਅਗੇ ਅਗੇ ਪੰਜਵਾਂ ਪ੍ਰਸ਼ਨ ਰਾਜਕੁਮਾਰ ਅਮਿਤ ਕੋਲ ਕੋਚਿੰਗ ਸਕੀਮ ਬਾਰੇ ਲਿਖੋ ਰਾਜਕੁਮਾਰ ਅਮਿਤ ਅਮ੍ਰਿਤਾ ਕੋਚਿੰਗ ਸਕੀਮ 1953 ਵਿੱਚ ਸ਼ੁਰੂ ਕੀਤੀ ਗਈ 8 ਸਾਲ ਤੋਂ ਬਾਅਦ ਇਸ ਵਿੱਚ ਰਾਸ਼ਟਰੀ ਖੇਡ ਸੰਸਥਾਨ ਵਿੱਚ ਮਿਲਾ ਦਿੱਤਾ ਗਿਆ ਇਸ ਸਕੀਮ ਦਾ ਉਦੇਸ਼ ਖਿਡਾਰੀਆਂ ਦੀ ਸਖਰਾਈ ਪ੍ਰਦਾਨ ਕਰਨਾ ਸੀ ਅਗੇ ਪੰਜ ਅੰਕਾਂ ਬਾਰੇ ਪ੍ਰਸ਼ਨ ਉੱਤਰ ਪ੍ਰਸ਼ਨ 1 ਕੱਟ ਸਮੇਂ ਦੀ ਸੈنسੀਟਾ ਅਤੇ ਮੱਧ ਸਮੇਂ ਦੀ ਸੈنسੀਟਾ ਨੂੰ ਪਰਿਭਾਸ਼ਿਤ ਕਰੋ ਕੱਟ ਸਮੇਂ ਦੀ ਸੈنسੀਟਾ ਖੇਡ ਕਿਰਿਆਵਾਂ ਵਿੱਚ ਥਕਾਨ ਅਤੇ ਥਕਾਨ ਤੇ ਕਾਬੂ ਪਾਉਣ ਲਈ ਕੱਟ ਸਮੇਂ ਵਿੱਚ ਸੈنسੀਟਾ ਦੀ ਲੋੜ ਹੁੰਦੀ ਹੈ ਜਿਵੇਂ ਕਿ ਛੋਟੇ ਛੋਟੇ ਦੌੜ ਜਿਵੇਂ ਕਿ ਜਿਵੇਂ ਸਪ੍ਰਿੰਟ ਤੇ ਮੱਧ ਦੂਰੀ ਦੀਆਂ ਦੌੜਾਂ ਆਂਦੀ ਦੇ ਉਦਾਹਰਨ ਹਨ ਇਸ ਨੂੰ ਐਨੋਬੋਰਬਿਕ ਕਿਰਿਆ ਵੀ ਕਿਹਾ ਜਾਂਦਾ ਹੈ ਦੂਸਰਾ ਹੈਗਾ ਪਤ ਆਰਾ ਮੱਧ ਸਮੇ ਦੀ ਸਹਿਸ਼ੀਲਤਾ ਇਸ ਇਸ ਦੀ ਜੂਰਤ ਉਹਨਾਂ ਮੁਕਾਬਲੇ ਵਿੱਚ ਪੈਂਦੀ ਹੈ ਜੋ ਕਿ 2 ਤੋਂ 10 ਮਿੰਟ ਤੱਕ ਮਿੰਟ ਵਿੱਚ ਖਤਮ ਹੋ ਜਾਂਦੇ ਹਨ ਜਿਵੇਂ ਕਿ ਮੱਦ ਦੂਰੀ ਦੀਆਂ ਦੋ ਦੌੜਾਂ ਇਸ ਇਸ ਦੀਆਂ ਉਦਾਹਰਣ ਹਨ ਤੁਸੀਂ ਸਵਾਲ ਨੰਬਰ 2 ਨਿਰਤੰਤਰ ਅਤੇ ਇੱਕ ਸਾਲਤਾ ਦੇ ਸਿਧਾਂਤ ਬਾਰੇ ਲਿਖੋ ਪਹਿਲੇਗਾ ਨਿਰਤੰਤਰ ਦਾ ਸਿਧਾਂਤ ਖੇਡ ਵਿੱਚ ਸਿਖਰਾਈ ਪ੍ਰਾਪਤ ਖੇਡ ਵਿੱਚ ਸਿਖਰਾਈ ਪ੍ਰਾਪਤ ਹੁਨਰ ਦੀ ਖੇਡ ਤਤੇ ਨਾਨਦੀਬ ਨਾ ਬਲਤੂ ਦੀ ਹੈ ਨਿਯਮਿਤ ਸਿਖਲਾਈ ਦਾ ਅਭਿਆਸ ਕਿਸੇ ਵੀ ਸਿਖਲਾਈ ਪ੍ਰੋਗਰਾਮ ਲਈ ਸਭ ਤੋਂ ਵੱਧ ਮਹੱਤਵਪੂਰਨ ਹੈ ਨਿਰੰਤਰ ਅਭਿਆਸ ਜਬ ਬਤੂ ਦੇ ਦਿਨਾਂ ਸਿੱਖਿਤ ਹੋਣ ਦੀ ਇੱਕੋ ਪੱਧਰ ਤੇ ਰੱਖਣਾ ਸੰਭਵ ਨਹੀਂ ਹੁੰਦਾ ਇਸ ਲਈ ਨਿਰੰਤਰ ਅਭਿਆਸ ਹਰ ਖਿਡਾਰੀ ਲਈ ਜ਼ਰੂਰੀ ਹੈ ਇਕ ਸਾਰਤਾ ਦਾ ਸਿਧਾਂਤ ਕੋਈ ਵੀ ਦੋ ਵਿਅਕਤੀ ਇੱਕ ਦੂਜੇ ਇੱਕ ਇੱਕੋ ਜਿਹੇ ਨਹੀਂ ਹੁੰਦੇ ਹਨ ਉਹਨਾਂ ਵਿੱਚ ਭੌਤਿਕ ਮੰਤਰ ਮਨੋਵਿਗਿਆਨਿਕ ਸੋਚ ਦਿਲਚਸਪੀ ਸਮਰੱਥਾ ਤੇ ਕਾਬਲੀਅਤ ਬੱਖੋ ਬੱਖਰੀ ਬੱਖਰੀ ਹੁੰਦੀ ਹੈ ਇਸ ਲਈ ਸਿੱਖਿਆ ਦੇ ਪ੍ਰੋਗਰਾਮ ਤਿਆਰ ਕਰ ਕਲ ਦੇ ਵਕਤ ਵਿਅਕਤੀ ਦੇ ਭਿੰਤਾਵਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਤੀਸਰੇ ਸਪੋਰਟਸਮੈਨ ਅਥਾਰਟੀ ਆਫ ਇੰਡੀਆ ਤੇ ਨੋਟ ਲਿਖੋ ਸਪੋਰਟਸਮੈਨ ਅਥਾਰਟੀ ਆਫ ਇੰਡੀਆ ਤੇ ਐਸ ਏ ਆਈ ਸਪੋਸਟ ਵੇ ਅਥਾਰਟੀ ਆਫ ਇੰਡੀਆ ਪਾਰਟ ਵਿੱਚ ਭਾਰਤ ਸਰਕਾਰ ਦੁਆਰਾ 1984 ਵਿੱਚ ਸਥਾਪਿਤ ਕੀਤੀ ਗਈ ਸੀ ਤਾਂ ਕਿ ਖੇਤਾਂ ਦੇ ਬਿਮਾਰੀ ਰੂਪ ਨੂੰ ਦੇਸ਼ ਭਰ ਵਿੱਚ ਉੱਚਾ ਚੁੱਕਿਆ ਜਾਵੇ ਇਸ ਦੇ 7 ਖੇਤਰੀ ਕੇਂਦਰ ਹਨ ਜੋ ਕਿ ਬੰਗਾਰ, ਪੋਪਾਰ, ਗਾਂਧੀਨਗਰ, ਕੋਲਕਾਤਾ, ਸੋਨੀਪਟ, ਦਿੱਲੀ, ਮੁੰਬਈ ਅਤੇ ਵਿਫਾਰ ਵਿੱਚ ਸਥਿਤ ਹਨ ਇਸ ਤੋਂ ਇਲਾਵਾ ਗੁਹਾਟੀ ਅਤੇ ਉਰੰਗਾਬਾਦ ਵਿੱਚ ਉਹ ਦੋ ਉਪ ਕੇਂਦਰ ਵੀ ਹਨ ਇਹ ਸੰਸਥਾਬ ਨੇਤਾ ਜੀ ਸੁਭਾਸ਼ ਚੰਦਰ ਬੋਸ ਖੇਡ ਸੰਸਥਾਨ ਲక్ష్ਮੀਬਾਈ ਨੈਸ਼ਨਲ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਆਂਦੀ ਬੱਧਿਆ ਸੰਸਥਾਪਨ ਨੂੰ ਚਲਾਉਂਦੀ ਹਨ ਚਲਾਉਂਦੀ ਹੈ ਇਸ ਸੰਸਥਾ ਦਾ ਮੁੱਖ ਉਦੇਸ਼ ਖੇਡ ਦੀਆਂ ਬਖ ਬਖ ਸਹੂਲਤਾਂ ਨੂੰ ਉਚਿਤ ਬਲ ਤੋਂ ਵਿਚਲਿਆਉਣਾ ਅਤੇ ਖੇਡ ਦੀ ਹੁਨਤੀ ਅਤੇ ਖੇਡ ਦਾ ਪ੍ਰਬੰਧ ਚਲਾਉਣਾ ਹੈ 10 ਅੰਕਾਂ ਵਾਲੇ ਪ੍ਰਸ਼ਨ ਸ릭ਯੁਕਤ ਯੋਗਤਾ ਦੀ ਮਹੱਤਤਾ ਬਾਇ ਲਿਖੋ ਉਹ ਵਿਅਕਤੀ ਜੋ ਵੀ ਉਹ ਵਿਅਕਤੀ ਜੋ ਸਰੀਰ ਤੌਰ ਤੇ ਤੰਦਰੁਸਤ ਹਨ ਉਹ ਆਪਣੀ ਜੀਵਨ ਦਾ ਆਨੰਦ ਪੂਰੀ ਤਰ੍ਹਾਂ ਨਾਲ ਉਠਾਉਣ ਦੇ ਯੋਗ ਹਨ ਅੱਜ ਕੱਲ ਦੇ ਤਕਨੀਕੀ ਵਿਕਾਸ ਦੇ ਯੁੱਗ ਵਿੱਚ ਲੋਕਾਂ ਕੋਲ ਮੁਸ਼ਕਲਾਂ ਨਾਲ ਹੀ ਆਪਣਾ ਸਰੀਰਕ ਯੋਗਤਾ ਲਈ ਸਮਾਂ ਲਈ ਸਮਾਂ ਹੁੰਦਾ ਹੈ ਹੁਣ ਪ੍ਰਸ਼ਨ ਇਹ ਉੱਠਦਾ ਕਿ ਸਰੀਰਕ ਯੋਗਤਾ ਹੋਣਾ ਇੰਨਾ ਮਹੱਤਵਪੂਰਨ ਕਿਉਂ ਹੈ ਇਹਨਾਂ ਸਵਾਲਾਂ ਦੇ ਜਵਾਬ ਹੇਠ ਦਿੱਤੇ ਸਰਪੇਸ਼ ਸੰਪੂਰਨ ਸੇਤ ਦਾ ਸੁਧਾ ਸਰੀਰਕ ਯੋਗਤਾ ਨਾਲ ਵਿਅਕਤੀ ਕਈ ਤਰ੍ਹਾਂ ਦੇ ਸਰੀਰਕ ਫਾਇਦਾ ਨੂੰ ਮਾਨਦਾ ਹੈ ਜਿਵੇਂ ਕਿ ਸਾਹ ਪ੍ਰਕਿਰਿਆ ਲਹੂ ਸੰਚਾਰ ਪ੍ਰਣਾਲੀ ਤੇ ਸਰੀਰ ਦੇ ਸਮੂਚੇ ਪ੍ਰਣਾਲੀਆਂ ਨੂੰ ਠੀਕ ਠੰਗ ਨਾਲ ਕੰਮ ਕਰਨਾ ਅਤੇ ਸਰੀਰ ਦੀ ਕਿਰਿਆਤਮਕ ਰੂਪ ਵਿੱਚ ਤਿਆਰ ਰਹਿਣਾ ਉਹ ਕਈ ਹੋ ਕਈ ਤਰ੍ਹਾਂ ਦੀ ਬਿਮਾਰੀਆਂ ਜਿਵੇਂ ਕਿ ਜੀਵਨ ਦਾ ਦਈ ਬੀ ਦਾਇਬੀਟਿਸ ਟਾਈਪ 2 ਦਿਲ ਦੀਆਂ ਬਿਮਾਰੀਆਂ ਕੈਂਸਰ ਤੋਂ ਬਚਾਉਂਦੀ ਤੋਂ ਬਚਾਉਂਦਾ ਹੈ ਦੂਸਰਾ ਹੈ ਭਾਰ ਪ੍ਰਬੰਧਨ ਜਿਵੇਂ ਕਿ ਸਾਰੇ ਜਾਣਦੇ ਹਨ ਕਿ ਬਾਦੂ ਵਜਨ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਜਿਵੇਂ ਕਿ ਉੱਚਾ ਖੂਨ ਚਾਪ ਕੈਸਟਰੋਲ ਪੱਧਰ ਦਾਇਬੀਟਿਸ ਆਂਦੀ ਦੀ ਜੜ ਹੈ ਇਸ ਲਈ ਉਹ ਵਿਅਕਤੀ ਨੂੰ ਸਗਮ ਅਤੇ ਸਰੀਰਕ ਤੌਰ ਤੇ ਤੰਦਰੁਸਤ ਤੰਦਰੁਸਤ ਹੁੰਦੇ ਹਨ ਉਹਨਾਂ ਦੇ ਉਪਰਕਤ ਬਿਮਾਰੀਆਂ ਦੀ ਸੁਭਾਵਨਾ ਘਟ ਹੁੰਦੀ ਹੈ ਤਣਾਅ ਉਪਰਮਦ੍ਰਮ ਵਿੱਚ ਮਹੱਤਵਪੂਰਨ ਇੱਕ ਵਿਅਕਤੀ ਸੇਖਜੁਗਤ ਤੇ ਸਰੀਰ ਇੱਕ ਵਿਅਕਤੀ ਸੇਖਜੁਗਤ ਤੇ ਸਰੀਰਜੁਗਤ ਦੇ ਪ੍ਰੋਗਰਾਮ ਦੇ ਜ਼ਰੀਏ ਤਣਾਅ ਨੂੰ ਬਰਦਾਸ਼ਤ ਬਰਦਾਸ਼ਤ ਕਰਨਾ ਉਸ ਤੋਂ ਬਾਹਰ ਨਿਕਲ ਜਾ ਰੋਜ਼ਮਰਹ ਦੇ ਵਿਚਲਿਤ ਕਰਨ ਵਾਲੇ ਤਣਾਅ ਤੇ ਕਾਬੂ ਪਾਉਣਾ ਸਿੱਖ ਲੈਂਦਾ ਹੈ ਇਸ 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 ਲਈ ਇਹ ਜੀਵਨ ਦੀ ਸੰਤੁਲਿਤ ਅਤੇ ਸ਼ਾਂਤੀ ਬਣਾਏ ਰੱਖਣ ਵਿੱਚ ਮਦਦ ਕਰਦਾ ਹੈ ਇਸ ਲਈ ਜ਼ਰੂਰੀ ਹੈ ਕਿ ਜੀਵਨ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਵਿਅਕਤੀ ਨੂੰ ਤੰਦਰੁਸਤ ਹੋਣਾ ਜ਼ਰੂਰੀ ਹੈ ਸੱਤਾਂ ਨੂੰ ਸੁਭਾਵਨਾ ਸੁਭਾਵਨਾ ਨੂੰ ਕਟਾਉਣਾ ਸ੍ਰੀ ਜੋਤਿ ਜੀਵਨ ਵਿੱਚ ਅਗਲੇ ਪੜਾਅ ਵਿੱਚ ਸੱਤਾਂ ਤੋਂ ਜੋਖੀ ਨੁਕਤਾਉਂਦੀ ਹੈ ਜਿਸ ਕਾਰਨ ਮਾਸਪੇਸ਼ੀਆਂ ਤੱਕ ਹੱਡੀਆਂ ਵਿਚਕੰਨ ਤਾ ਲਚਕਤਾ ਤੇ ਸਥਿਰਤਾ ਹੁੰਦੀ ਹੈ ਜੋ ਕਿ ਸੱਤ ਦੇ ਸੁਭਾਵਨਾ ਨੂੰ ਕਟਾਉਂਦੀ ਹੈ ਅਗੇ ਅਗੇ ਪੰਜਵਾ ਪੰਜਾ ਪੁਆਇੰਟ ਅਕ ਜੀਵਨ ਦੀ ਸੁਭਾਵਨਾ ਵਿੱਚ ਵਧਦਾ ਨਿਯਮਿਤ ਕਸਰਤ ਜੋ ਜੋਗਤਾ ਸੰਬੰਧੀ ਪ੍ਰੋਗਰਾਮ ਸਿਹਤ ਸੰਬੰਧੀ ਬਿਮਾਰੀਆਂ ਨੂੰ ਕਟਾਉਣ ਵਿੱਚ ਲਾਭਦਾਇਕ ਹੁੰਦੇ ਹਨ ਜੋ ਕਿ ਉਮਰ ਦਰ ਦੀ ਸੁਭਾਵਨਾ ਨੂੰ ਵਧਾਉਂਦੇ ਵਧਾਉਂਦੇ ਹਨ ਅਤੇ ਸਮੇਂ ਸਮੇਂ ਤੋਂ ਪਹਿਲਾਂ ਉਹਨਾਂ ਦੀ ਉਹਨਾਂ ਹੋਣ ਵਾਲੀ ਮੌਤ ਦਰ ਨੂੰ ਘਟਾਉਂਦੀ ਹੈ ਇਹ ਦੇਖਿਆ ਗਿਆ ਹੈ ਕਿ ਵਿਅਕਤੀ ਸੇਖ ਤੌਰ ਤੇ ਸਰਗਮ ਹੁੰਦੇ ਹਨ ਉਹ ਸਬਸਥਾ ਤੇ ਲੰਮਾ ਜੀਵਨ ਗੁਜ਼ਾਰਦੇ ਹੈ ਇਸ ਮੈਂ ਸਹੀ ਬਾਧਾ ਤੇ ਵਿਕਾਸ ਸਰੀਰਕ ਯੋਗਤਾ ਤੇ ਸਰੀਰਕ ਜੋ ਸਰੀਰਕ ਯੋਗਤਾ ਸਰੀਰਕ ਯੋਗਤਾ ਦੇ ਪ੍ਰੋਗਰਾਮ ਦੀ ਸਹਾਇਤਾ ਨਾਲ ਬੱਚੇ ਵਿੱਚ ਬਧੇ ਵਿਕਾਸ ਹੁੰਦਾ ਹੈ ਉਹ ਉਹਨਾਂ ਦੀ ਸਿਹਤ ਉਚਾਈ ਸਰੀਰਕ ਸੰਚਨਾ ਸਲਚਨਾ ਅਤੇ ਪਾਸਾ ਹਿਉਨਪਾਤ ਅਤੇ ਫੂਮ ਵਿੱਚ ਵਧਦੇ ਹਨ ਕਿ ਸਤਮਕ ਕੰਮ ਕਰਨ ਦੀ ਸਮਰੱਥਾ ਵਿੱਚ ਵਧਦਾ ਸਰੀਕ ਤੌਰ ਤੇ ਜੋ ਕਿ ਵਿਅਕਤੀ ਜੀਵਨ ਵਿੱਚ ਹਰ ਪਹਿਲੂ ਜਿਵੇਂ ਕੰਮ ਜਿਵੇਂ ਕੰਮ ਕਰਨ ਦੀ ਥਾਂ ਪਰਿਵਾਰ ਅਤੇ ਦੋਸਤ ਦੇ ਵਿੱਚ ਸੰਤੁਲਨ ਬਣਾ ਕੇ ਰੱਖਦਾ ਹੈ ਉਸ ਦੇ ਸੱਗਲਮ ਜੀਵਨ ਸ਼ੈਲੀ ਤੇ ਤੰਦਰੁਸਤੀ ਕਾਰਨ ਉਹ ਕੰਮ ਨੂੰ ਸਫਲ ਕਰ ਨਾਲ ਸਫਲਤਾ ਨਾਲ ਕਰਦਾ ਹੈ ਤੇ ਆਪਣੇ ਆਪਣੇ ਸਮਾਜਿਕ ਸਮੂਹ ਦਾ ਵੀ ਉਤਸ਼ਾਹ ਨਾਲ ਆਨੰਦ ਮਾਣਦਾ ਹੈ ਇਸ ਲਈ ਅਸੀਂ ਉਪਰੋਕਤ ਤੱਥਾਂ ਤੋਂ ਇਹ ਅਨੁਮਾਨ ਲਗਾ ਸਕਦੇ ਹਾਂ ਕਿ ਤੰਦਰੁਸਤ ਸਰੀਰ ਵਿੱਚ ਤੰਦਰੁਸਤ ਮਨ ਦਾ ਵਾਸ ਹੁੰਦਾ ਹੈ। ਇਹੋ ਆਪਸ਼ਨ ਨੇ ਪ੍ਰਸ਼ਨ ਹੈਗਾ ਖੇਡ ਵਿੱਚ ਖਿਡਾਰੀ ਨੂੰ ਦਿੱਤੇ ਜਾਣ ਵਾਲਾ ਸਰਬੋਤਮ ਅਵਾਰਡ ਕਿ ਬਾਲੀ ਲਿਖੋ ਅਜਰ ਅਵਾਰਡ। ਕਈ ਪੁਸਤਕਾਂ 1900 ਕਾ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ। ਇਹ ਖਿਡਾਰੀ ਨੂੰ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਇਨਾਮ ਹੈ ਅਤੇ ਅਤੇ ਉਹਨਾਂ ਖਿਡਾਰੀ ਨੂੰ ਦਿੱਤਾ ਜਾਂਦਾ ਹੈ ਕਿ ਜੋ ਲਗਾਤਾਰ 4 4 ਸਾਲ ਤੱਕ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਤੇ 올림픽 ਖੇਡਾਂ, ਏਸ਼ੀਅਨ ਖੇਡਾਂ, ਕਾਮਨਵਰਥ ਅਤੇ ਦਸਤਰੀ ਪੱਧਰ ਤੇ ਬਿਹਤਰੀਨ ਪ੍ਰਦਰਸ਼ਨ ਕੀਤਾ ਹੋਵੇ ਇਹ ਅਵਾਰਡ ਦਾ ਤਹਿ ਇੱਕ ਇੱਕ ਹੀ ਅਰਜਨ ਦਾ ਕਾਸੀ ਦਾ ਪੁੱਤ ਅਤੇ 5 ਲੱਖ ਰੁਪਏ ਨਕਦ ਦਿੱਤੇ ਜਾਂਦੇ ਹਨ ਇਹ ਅਵਾਰਡ ਖੇਡ ਮੰਤਰਾਲੇ ਵੱਚੋਂ ਦਿੱਤਾ ਜਾਂਦਾ ਹੈ ਉਸ ਕਾਤਿਬ ਵਿੱਚ ਸਭ ਤੋਂ ਪਹਿਲਾ ਸ਼ੇਖਦਰ ਅਨੂ ਇਹ ਅਵਾਰਡ ਦਿੱਤਾ ਗਿਆ ਇਹ ਖਿਡਾਰੀ ਸਲੀਮ ਦੁਰਾਨੀ ਕ੍ਰਿਕਟ ਗੁਰਵੱਚ ਸੇਨ ਲਦਾਵਾ ਐਥਲੈਟਿਕਸ ਸਰਬੀ ਸਿੰਘ ਵਸਕਤ ਵਸਕਤ ਵਾਲ ਮੈਨੂੰ ਉਸ ਮੋਹਰ ਸੰਤਰਜ ਨੰਦਰਨਾਥ ਤੇਕਰ ਬੈਡਮੈਂਟਨ ਅਤੇ ਐਲਬੀ ਡਿਸੂਜਾ ਬਾਕਸਿੰਗ ਮੀਨਾ ਮੀਨਾ ਸਾਹਿਬ ਐਡਮੈਂਟਨ ਪਹਿਲਾ ਪਹਿਲੀ ਮਹਿਲਾ ਸੀ ਜਿਸ ਨੂੰ 1912 ਵਿੱਚ ਇਹ ਅਵਾਰਡ ਦਿੱਤਾ ਗਿਆ ਅਰਜਨ ਅਵਾਰਡ ਅਰਜਨ ਅਵਾਰਡ ਦੇ ਨਿਯਮ ਅਰਜਨ ਅਵਾਰਡ ਦੇ ਨਿਯਮ ਇਹ ਲਿਖਿਆ ਨਾ ਅਰਜਨ ਅਰਜਨ ਪੁਸਤਕਾ ਦਾ ਭਾਗ ਉਦੇਸ਼ ਭਾਰਤ ਵਿੱਚ ਖੇਡਾਂ ਦਾ ਵਿਕਸਿਤ ਮਿਆਰ ਮਿਆਰ ਨੂੰ ਵਿਕਸਿਤ ਕਰਨਾ ਹੈ ਭਾਰਤ ਸਰਕਾਰ ਹਰ ਸਾਲ ਇੱਥੇ ਮਿੱਥੇ ਸਮੇਂ ਦੇਖਿਆ ਜਾਣ ਦੇ ਨਾਮ ਸੂਚੀ ਫੈਡਰੇਸ਼ਨ ਦੀ ਮਗਰ ਲੈਂਦੀ ਹੈ ਆਮ ਤੌਰ ਤੇ ਆਮ ਤੌਰ ਤੇ ਹਰੇਕ ਸਾਲ ਹਰੇਕ ਇਵੈਂਟ ਵਿੱਚ ਇੱਕ ਖਿਡਾਰੀ ਨੂੰ ਅਵਾਰਡ ਦਿੱਤਾ ਜਾਂਦਾ ਹੈ ਅਤੇ ਇਸੇ ਇਵੈਂਟ ਵਿੱਚ ਇਵੈਂਟ ਵਿੱਚ ਨਿਰਵਾ ਨਿਰਵਾਦ ਆਲਤ ਨੂੰ ਦੂਜੇ ਨਾਮ ਦਿੱਤਾ ਜਾ ਸਕਦਾ ਹੈ ਨਾਮਜਦਗੀ ਦੀ ਸੂਚੀ ਜਿੰਦਾ ਸਮੇਂ ਵਿੱਚ ਵਿੱਚ ਖਿੜਾ ਖੇੜ ਵਿਭਾਗ ਨੂੰ ਜਮ੍ਹਾਂ ਕਰਵਾ ਦਿੱਤੇ ਜਾਂਦੇ ਹਨ ਨਾਮਜਦਗੀ ਦਾਖਲ ਕਰਨ ਲਈ ਨਿਸ਼ਚਿਤ ਮਿਤੀ ਸਿਰਫ ਕੇਂਦਰੀ ਸਰਕਾਰ ਵੱਲੋਂ ਬढ़ाई ਜਾ ਸਕਦੀ ਹੈ ਸਰਕਾਰ ਵੱਲੋਂ ਇੱਕ ਕਮੇਟੀ ਦਾ ਗਠਨ ਹੁੰਦਾ ਹੈ ਜੋ ਕਿ ਫੈਡਰੇਸ਼ਨ ਵੱਲੋਂ ਦਿੱਤੇ ਨਾਮਾਂ ਦੀ ਪ੍ਰਸਤਾਵ ਕਰਦੀ ਹੈ ਜੇਕਰ ਸਰਫ ਇੱਕ ਸਰਕਾਰ ਫੈਡਰੇਸ਼ਨ ਤੋਂ ਕੋਈ ਸੂਚੀ ਪ੍ਰਾਪਤ ਨਹੀਂ ਕਰਦੀ ਤਾਂ ਭਾਰਤ ਸਰਕਾਰ ਖੁਦ ਹੀ ਸਰਬੋਤਮ ਤੈਅ ਤੋਂ ਉਸਕਲ दे सकती है फिर खेल फेडरेशन ने तीन ਖਿਡਾਰੀਆਂ ਦਾ ਨਾਮ ਪਾਲਸ ਸਰਕਾਰ ਨੂੰ ਭੇਜਿਆ ਭੇਜਿਆ ਹੈ ਜਿਸ ਵਿੱਚ ਇੱਕ ਸਰਬੋਤਮ ਖਿਡਾਰੀ ਦੇ ਰੂਪ ਵਿੱਚ ਚੁਣ ਲਿਆ ਜਾਂਦਾ ਹੈ ਤਾਂ ਦੂਜਾ ਖਿਡਾਰੀ ਮਹਿਲਾ ਖਿਡਾਰੀ ਦਾ ਹੋ ਸਕਦਾ ਹੈ ਅਵਾਰਡ ਪੇਸ਼ਕਾਰੀ ਮਿਤੀ ਸਰਕਾਰ ਵੱਲੋਂ طے ਕੀਤੀ ਜਾਂਦੀ ਹੈ ਇੱਕ ਖੇਡ ਨੂੰ ਦੋ ਵਾਰ ਪੁਰਸਕਾਰ ਨਹੀਂ ਦਿੱਤਾ ਜਾ ਸਕਦਾ ਇਹ ਅਵਾਰਡ ਮੰਨ ਉਪਰੰਤ ਵੀ ਦਿੱਤਾ ਜਾ ਸਕਦਾ ਹੈ ਇਹ ਜੋ 2012ਵੀਂ ਜਮਾਤ ਬੰਦਾ ਪੇਪਰ ਸੀ ਪੀ ਡਿਗਰੀ ਐਕੂਏਸ਼ਨ ਦਾ ਉਹ ਤੁਹਾਨੂੰ ਕਰਵਾ ਦਿੱਤਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਆਪਣੇ YouTube ਚੈਨਲ ਸਬਸਕ੍ਰਾਈਬ ਕਰਦੋ ਤੇ ਵੈਲ ਨੋਟੀਫਿਕੇਸ਼ਨ ਆਨ ਤੇ ਸੈੱਟ ਕਰਦੋ ਤੇ Telegram ਚੈਨਲ ਤੇ ਜੁਆਇਨ ਹੋਣਾ ਨਾ ਭੁੱਲਣਾ ਤੇ ਆਪਾਂ ਫਿਲਮ ਲੱਗ ਕੇ ਅਗਲੀ ਵੀਡੀਓ ਚ ਥੈਂਕਸ ਫਰ ਔ ਵਾਚਿੰਗ ਐਂਡ ਪਲੀਜ਼ ਸਬਸਕ੍ਰਾਈਬ ਟੂ ਮਾਈ YouTube ਚੈਨਲ ਓਕੇ ਦੋਸਤੋ